ਮੈਮੂਨ ਜਿਹੜਾ ਘੋੜਾ ਇਸਦੇ ਬਾਪ ਦਾ ਨਾਂ ਹੈ ਖੰਜ, ਖੰਜ ਜਿਹੜਾ ਘੋੜਾ ਇਸਦੇ ਬਾਪ ਦਾ ਨਾਂ ਹੈ ਰੀਹ। ਇਹ ਸੱਤ ਨਸਲਾਂ ਘੋੜਾਂ ਦੀਆਂ। ਅਗਰ ਕਹੇ ਸਰਕਸ਼ ਤੇ ਬਦਬਖਤ ਘੋੜੇ ਦੇ ਕਾਨੀ ਚ ਇਹਨਾਂ ਸੱਤ ਨਸਲਾਂ ਦੇ ਨਾਂ ਚਚਾ, ਉਹ ਹੀ ਸਿਰ ਝੁਕਾ ਖੜਦੇ ਨੇ। ਅਕਸਾਂ ਅੱਛਾ ਹੁਣ ਪੈਦਾ ਕੀ ਅਕਬਰ ਕਿਆ ਫਰਮਾਇਦਾ ਪਾਇਆ ਅਲੀ ਅਕਬਰ, ਮੈਂ ਕੋ ਅੱਲਾ ਇਜਾਦ ਕੀਤਾ ਹੈ। ਅੱਛਾ ਤੇਰੀ ਵੱਡੀ ਸੈਣ ਜਨਾਬ ਆਲੀਆ ਉਹ ਫਰਮਾਇਦੀਆਂ ਝੂਲੇ ਦੇ ਵਿੱਚ ਅਲੀ ਅਕਬਰ ਦਾ ਜਿਲ ਮੈਂ ਝੂਲਾ ਝੁਲੈਂਦੀ ਹਾਂ, ਮੈਡੀ ਜ਼ਿੰਦਗੀ ਦੇ ਵਿੱਚ ਡੂ ਅਲੀ ਗੁਜ਼ਰੇ ਨੇ। ਕਿਆ ਮੈਡੀ ਜ਼ਿੰਦਗੀ 'ਚ ਡੂ ਅਲੀ ਗੁਜ਼ਰੇ ਨੇ। ਇੱਕ ਦੀ ਮੈਂ ਜ਼ੀਨਾ ਤਾਂ ਵੀ ਆ ਮੈਡੀ ਜ਼ੀਨਾ ਤੇ, ਕਿਉਂਕਿ ਜ਼ੈਨਬ ਦੇ ਮਤਲਬ ਹਨ ਬਾਪ ਕੀ ਜ਼ੀਨਤ। ਔਰ ਬੀਬੀ ਪੇ ਫਰਮਾਇੰਦੀ ਹੈ ਝੂਲਾ ਝੁਲੈਂਦੀ ਬੈਠੀਏ ਤੇ ਆਦੀ ਬੈਠੀਏ ਯਾ ਜ਼ੁਈਏ ਨੋ ਜ਼ੈਨਬ, ਆਏ ਜ਼ੈਨਬ ਕੀ ਜ਼ੀਨਤ। ਦੂ ਜ਼ੀਨਤਾਂ, ਇੱਕ ਦੀ ਬੀਬੀ ਫਰਮਾਇੰਦੀ ਹੈ ਮੈਂ ਜ਼ੀਨਾ ਤਾਂ ਵੀ ਆ ਮੈਡੀ ਜ਼ੀਨਾ ਤੇ, ਤੂੰ ਨਾਮ ਤੇਰਾ ਨਾਮ ਹੈ ਹਮ ਨਾਮ ਹੈ ਤੂੰ ਖੈਬਰ ਸ਼ਿਕੰਦਾ, ਹਮ ਸ਼ਕਲ ਹੈ ਤੂੰ ਨਾਨੇ ਮੁਸਤਫਾ ਦਾ, ਤੇਰਾ ਝੂਲਾ ਬੈਠੀ ਝੁਲੈਂਦੀ ਹਾਂ ਮੈਂ, ਕੁਛ ਸਮਝ ਨਹੀਂ ਆਉਂਦੀ ਤੇ ਕੋ ਬਾਬਾ ਸਦਾ ਜਾਂ ਨਾਨਾ ਸਦਾ। ਹਾਇਦਰੀ ਦੂ ਜਾਂ ਤ੍ਰੈ ਜੁਮਲੇ ਮਸਾਹਿਬ ਦੇ ਭਾਈ ਆ ਗਏ। ਇੱਕ ਮੈਂ ਲਫ਼ਜ਼ ਦੱਸੀ ਵਜਾਂ ਭਾਈ ਹੁਣ ਦਰੁਸਤ ਫਰਮਾਏ ਗੱਲ, ਜਜ਼ਬੇ 'ਚ ਬੰਦਾ ਕੋਈ ਲਫ਼ਜ਼ ਆਖ ਛੁੜੇਂਦੇ। ਹੁਰਮਤ ਸਾਦਾਤ ਕਿਆ ਹੈ? ਹੁਰਮਤ ਸਾਦਾਤ ਆਦਿਨ ਇੱਜ਼ਤ, ਸਾਦਾਤ ਦੀ ਇੱਜ਼ਤ। ਇਹ ਉਹ ਘਰਾਨਾ ਹੈ ਅਸਾਂ ਇੱਜ਼ਤ ਕਰਦੇ ਹਾਂ, ਲੇਕਿਨ ਉਹ ਘਰਾਨਾ ਜਿਹਦੀ ਅੱਲਾ ਖੁਦ ਇੱਜ਼ਤ ਪਿਆ ਕਰਦਾ ਹੈ, ਉਹ ਘਰਾਨਾ ਹੈ ਜਿਹਦੀ ਅੱਲਾ ਇੱਜ਼ਤ ਪਿਆ ਕਰਦਾ ਹੈ। ਬਹਰਹਾਲ ਹੁਸੈਨ ਬੈਠਾ ਹਾ, ਅਲੀ ਅਕਬਰ ਸਾਹਮਣੇ ਬੈਠੇ। ਅਲੀ ਅਕਬਰ ਸਵਾਲ ਕੀਤੇ, ਬਾਬਾ ਮੈਂ ਕੋ ਅੰਗੂਰ ਖਵਾ। ਆਦੇ ਬੇਟਾ ਅੰਗੂਰਾਂ ਦਾ ਮੌਸਮ ਤਾਂ ਕਹੇ ਨੀ, ਤਵੱਜੋ ਚਾਚਾ ਜੀ, ਅੰਗੂਰਾਂ ਦਾ ਮੌਸਮ ਕਹੇ ਨੀ, ਲੇਕਿਨ ਖਵੈਂਦਾ ਹਾਂ। ਹੱਥ ਬੁਲੰਦ ਕੀਤਾ, ਜਿਬਰੀਲ ਅੰਗੂਰਾਂ ਦਾ ਗੁੱਛਾ ਪੇਸ਼ ਕੀਤਾ, ਆਖਿਸ ਬੇਟਾ ਖਾ। ਅਲੀ ਅਕਬਰ ਖੁਸ਼ ਥੀ ਗਏ, ਅੰਗੂਰ ਖਾਵਣ ਲੱਗਾ। ਹਾਲੇ ਤ੍ਰੈ ਚਾਰ ਅੰਗੂਰ ਖਾਧੇ, ਅਸ ਅਕਬਰ ਖੁਸ਼ ਥੀ ਕਿ ਅੰਗੂਰ ਖਾਂਦਾ ਬੈਠੇ, ਹੁਸੈਨ ਰੋਂਦਾ ਬੈਠੇ। ਆਦੇ ਬਾਬਾ ਅੰਗੂਰ ਮੰਗਵਾ ਦਿੱਤੇ ਵੇ, ਰੋਂਦੇ ਕਿਉਂ? ਉਹ ਫਰਮਾਏ ਅੱਜ ਤਾਂ ਮੈਂ ਹਾਂ ਸੌਖਾ, ਤੁਸਾਂ ਅੰਗੂਰਾਂ ਦਾ ਆਖੇ ਮੈਂ ਅੰਗੂਰ ਮੰਗਵਾ ਦਿੱਤੇ ਨੇ, ਕੱਲ੍ਹ ਤੁਸਾਂ ਇੱਕ ਮਾਮੂਲੀ ਚੀਜ਼ ਮੰਗਸੋ, ਮੈਂ ਉਹ ਨਾ ਦੇ ਸੰਗਸਾਂ, ਮੇਰੇ 'ਤੇ ਗਰੀਬੀ ਛਾ ਵੈਸੀ। ਅਲਮਾਨ ਕੁਰਸੀ 'ਤੇ ਬੈਠਾ ਗਰੀਬ, ਪੇਰ ਦੇ ਅੰਗੂਠਾ ਨਾਲ ਲਕੀਰ ਬੈਠਾ ਮਰਿੰਦਾ ਅਤੇ ਸੁਚੇਂਦਾ ਬੈਠਾ, ਬਾਜ਼ਾਰ ਮੌਤ ਦਾ ਗਰਮ ਥੀ ਵਾਣਾ ਲਏ, ਕੈਕੂ ਭੇਜਾਂ। ਅਕਬਰ ਡਿੱਠਾ ਹੈ, ਬਾਬਾ ਪਰੇਸ਼ਾਨ ਹੈ, ਥੋੜ੍ਹਾ ਆਵਾਜ਼ ਨਹੀਂ ਬਈ, ਬਾਬਾ ਪਰੇਸ਼ਾਨ ਹੈ। ਆਖਿਸ ਬਾਬਾ ਇਹਸਾਨ ਗਿਣਨ ਦੀ ਕਿਹੜੀ ਲੋੜ ਹੈ, ਮੈਂ ਜੋ ਤੇਰੀ ਬੇਕੀਮਤ ਕੁਰਬਾਨੀ ਖੜੀ ਹਾਂ, ਮੈਂ ਕੋ ਭੇਜ। ਬੇਕੀਮਤ ਦਾ ਨਾਂ ਮੈਂ ਤੜਫੇ ਬਤੂਲ ਦਲਾਲ। ਆਦੇ ਬੇਟਾ ਤੂੰ ਬੇਕੀਮਤ ਹੈ, ਅਗਰ ਉਮਰ ਹੋਇਆ ਤੇਰੀ ਮੈਦੇ ਜਿਤਨੀ, ਤੇਰੇ ਜਿਹਾ ਹੋਇਆ ਪੁੱਤਰ, ਮੈਂ ਪੁੱਛਾਂ ਬੇਕੀਮਤ ਕਿਵੇਂ ਆਖੀਂਦਾ ਹੈ? ਅੱਛਾ ਮੈਂ ਸਾਬਿਰ ਹਾਂ,
ساری زندگی 18 سال پالے تکو جناب عالیہ ہون اجازت ونج منگ جاوان والی ماں کول خیمے گایا علی اکبر ونج کے ڈٹھس ماں مسلے تے عبادت چ مصروف ہے دعا بیٹھی منگ دی آدھی آئے یعقوب کو یوسف ملا وانا لا آئے حاجرہ کو اسماعیل ملا وانا لا اے نسا کا میں کو اکبر ملا بلکہ آکس میری ایہا دعا ہے سویر تھی وے فضا میں کو آن کے دسے تری اکبر دی لاش آ گئی ہے کیا استقلال ہے ماماں دا بس میرا قبلہ ٹرے گھوڑے تے سوار تھائے چند قدم ٹرائے گھوڑا روک گئے آدھے اوقاب تھک پیئے جنگ میں لڑنی ہے آدھے نہیں علی اکبر میری مجبوری بن گئی ہے کی مجبوری آدھے میرے قدمہ آلے پاسے دیکھ دیکھے تے 4 سالہ دی سکینہ ہے گھوڑے دے سومب نپی بیٹھیے آدھے گھوڑا اکبر کو میدان ننے جیڑا ویندے واپس نہیں ولدا جیڑا ویندے واپس نہیں ولدا اللہ مان بھائی